ਇਹ ਪੌਣੇ 5 ਵਜੇ ਮੈਂ ਪਾਠ ਕਰਨ ਆਇਆ ਜੀ, ਜਦੋਂ ਪ੍ਰਕਾਸ਼ ਕਰਕੇ ਹੁਕਮਨਾਮਾ ਲਿਆ। ਉਹਦੇ ਬਾਅਦ ਮੈਂ ਆਪਣੇ 8ਵੀਂ 9ਵੀਂ ਪੜ੍ਹ ਰਿਹਾ ਸੀ ਜੀ, ਸੁਣਿਆ ਸਿੱਧੂ ਸੁਰਨਾਥ ਇੱਥੇ ਤੱਕ ਇਹ ਬੰਦਾ ਮੱਥਾ ਟੇਕਣ ਆਇਆ ਕਿ ਇਹਨੇ ਮੱਥਾ ਟੇਕਿਆ, ਘੁੰਮ ਕੇ ਆ ਕੇ ਮੇਰੇ ਕੋਲ ਆ ਕੇ ਕਹਿੰਦਾ ਮੈਨੂੰ ਕਹਿੰਦਾ ਵੀ ਅੰਮ੍ਰਿਤ ਛਕਾਓ। ਕੌਣ ਆ ਜੀ ਬੰਦਾ ਇਹ? ਇਹ ਬੰਦਾ ਮੇਰੇ ਪਿੰਡ ਦਾ ਹੀ ਹੈ, ਲਾਡੀ ਨੂੰ ਜੀ ਦਾ। ਲਾਡੀ ਨੂੰ? ਹਾਂਜੀ। ਅੱਛਾ ਜੀ। ਇਹ ਕਹਿੰਦਾ ਵੀ ਅੰਮ੍ਰਿਤ ਛਕਾਓ। ਅੱਛਾ ਜੀ। ਮੈਂ ਬੋਲਿਆ ਨਹੀਂ ਹੈਗਾ, ਮੈਂ ਪਾਠ ਕਰੀ ਗਿਆ। ਮੈਂ ਕਿਹਾ ਵੀ ਚੱਲ ਬੰਦਾ ਊ, ਕਹਿੰਦਾ ਇਹਨੇ ਜੀ ਚਲੋ ਜੀ ਹੱਥੋਂ ਮੇਰੇ ਬਾਂਹ ਖਿੱਚੀ, ਮੈਨੂੰ ਕਹਿੰਦਾ ਵੀ ਅੰਮ੍ਰਿਤ ਛਕਾਓ ਕਹਿੰਦਾ ਮੈਨੂੰ ਕਹਿੰਦਾ। ਮੈਂ ਕਿਹਾ ਵੀ ਗੱਲ ਸੁਣ ਲਾ, ਜਾਂ ਮੇਰੀ ਇਹਨੇ ਬਾਂਹ ਫੜੀ। ਮੈਂ ਕਿਹਾ ਡਾਡੀ ਜੀ ਅਨੰਦਪੁਰ ਸਾਹਿਬ ਬਾਟਾ ਤਿਆਰ ਹੋਊਗਾ ਵੀ, ਤੁਹਾਨੂੰ ਕੋਈ ਗੱਡੀ ਉੱਥੇ ਛਕਾ ਜਾਊਂਗੇ। ਉਸ ਤੋਂ ਬਾਅਦ ਜੀ ਇਹ ਕਿਆ ਕਰਿਆ, ਇਹਨੇ ਫਿਰ ਮੇਰੀ ਬਾਹਾਂ ਬੂਹਾਂ ਖਿੱਚਣ ਲੱਗਿਆ। ਜਦ ਉਸ ਤੋਂ ਬਾਅਦ ਮੈਂ ਇਹਨੂੰ ਕਿਹਾ, ਮੈਂ ਆਪਣੀ ਬਾਂਹ ਛੁਡਾ ਕੇ ਮਹਾਂ ਵੀ ਬੰਦਿਆਂ ਵਾਂਗੂ ਆ ਜਾ ਠੇਕੇ ਵੀ ਫੇਰ ਗੱਲ ਕਰੀ ਮਹਾਂ ਪਾਠ ਕਰਨ ਦੇ। ਮੈਨੂੰ ਇਹਨੇ ਜੀ ਕਿਆ ਕਰਿਆ, ਮੈਨੂੰ ਲੱਤ ਫੜ ਕੇ ਮੇਰੇ ਹੱਥੋਂ ਪਾਈ ਹੋਇਆ ਫਿਰ ਜੀ ਮੇਰੀ ਗੱਲ, ਇਹਨੇ ਮੈਨੂੰ ਖਿੱਚ ਲਿਆ ਜੀ ਬਾਹਰ ਦੀ ਬਾਹਰ ਖਿੱਚ ਕੇ ਜੀ ਹੱਥੋਂ ਪਾਈ ਹੋਇਆ ਇਹ ਮੂਹਰੇ ਮੈਨੂੰ ਇੱਥੇ ਗੁੜ ਮੂਹਰੇ ਲਿਆ। ਮੈਂ ਫਿਰ ਇਹ ਜਾਂ ਮੇਰਾ ਹੋਰ ਕੁਛ ਨਹੀਂ ਚੱਲਿਆ, ਇਹਨੇ ਲੱਤ ਫੜੀ ਵੀ ਸੀ, ਮੈਂ ਇਹਦੀਆਂ ਦੋ ਲੱਤਾਂ ਫੜ ਕੇ ਇਹਨੂੰ ਸਿੱਟ ਲਿਆ ਦਿੰਦਾ ਸਾਡੇ ਸਿੱਟ ਕੇ। ਫਿਰ ਮੈਂ ਇਹਦੇ 5-7 ਚਾਂਟੇ ਮਾਰੇ, ਮੈਂ ਤੈਨੂੰ ਦੱਸਦਾ ਹੁਣ ਪਤਾ ਤੇਰਾ ਤਾਰਦਾ ਸਤੋਪਣਾ। ਇਹਨੇ ਉਸੇ ਟਾਈਮ ਫਿਰ ਕਹਿੰਦਾ ਲੈ, ਇਹਨੇ ਸਭ ਬੇਤਾਨੰਗ ਹੋ ਗਿਆ ਜੀ, ਇਹ ਨੰਗੇ ਕੱਪੜੇ ਅਲਫ ਨੰਗਾ ਹੋ ਗਿਆ ਜੀ, ਅਲਫ ਨੰਗਾ ਹੋ ਗਿਆ ਮਹਾਰਾਜ ਦੀ ਹਜ਼ੂਰੀ। ਹਾਂਜੀ ਹਾਂਜੀ ਹਜ਼ੂਰੀ ਦੇ ਵਿੱਚ। ਹੁਣ ਕਿਤੇ ਤੁਸੀਂ ਫੜਿਆ ਨਹੀਂ, ਭੱਜ ਭੁੱਜ ਗਿਆ ਕਿੱਥੇ? ਫਿਰ ਇਹ ਕਿਆ ਕਰਿਆ ਜੀ, ਮੈਂ ਖੜ ਜਾ, ਮੈਂ ਤੈਨੂੰ ਦੱਸਦਾ ਪਤਾ, ਮੈਂ ਸਰਪੰਚ ਨੂੰ ਬੁਲਾਵਾਂ। ਉਸ ਤੋਂ ਬਾਅਦ ਇਹ ਮੈਂ ਉਰੇ ਆਇਆ, ਉਰੇ ਆ ਕੇ ਇਹਨੇ ਫਿਰ ਮੇਰੇ ਨਾਲ ਮਾਥੋ ਪਾਈ ਹੋਣ ਲੱਗਿਆ। ਉਰੇ ਤੇ ਮੈਂ ਕਿਹਾ ਮੈਂ ਖੜ ਜਾ, ਮੈਂ ਤੇਰਾ ਸਦੋਕ ਨਾ ਦਾਰਦਾ। ਇਹ ਫਿਰ ਇਹ ਗਲੀ ਨੂੰ ਭੱਜ ਰਿਹਾ ਜੀ ਇੱਧਰਲੇ ਪਾਸੇ ਨੂੰ ਭੱਜਿਆ। ਵਿਚਾਰ ਮੈਂ ਅੰਦਰ ਕਮਰੇ ਕੁਮਰੇ ਸਵਾਰ ਕੇ ਜੀ ਮੈਂ ਫਿਰ ਪਾਠ ਕਰਨ ਲੱਗੇ। ਇਹਨੇ ਇੱਕ ਬੀਬੀ ਆਈ, ਬੀਬੀ ਮੈਨੂੰ ਕਹਿੰਦੀ ਮੈਂ ਬੀਬੀ ਐਂ ਤਾਂ ਗੱਲ ਹੋਈ ਵੀ ਕਹਿੰਦੀ ਉਹ ਮੁੰਡਾ ਨੰਗਾ ਕਰਦਾ, ਕਹਿੰਦੀ ਮੈਂ ਇੱਦਾਂ ਦੇ ਵੀ ਮੇਰੇ ਨਾਲੇ ਹੱਥੋਂ ਆਈ ਹੋ ਕੇ ਗਿਆ। ਚੱਲ ਮੈਂ ਪਾਠ ਕਰਨ ਲੱਗੇ, ਇਹਨਾਂ ਨੂੰ ਫਿਰ ਹੋਰ ਬੰਦੇ ਆਏ, ਫਿਰ ਮੈਂ ਦੱਸਿਆ ਬੰਦੇ ਗੱਲਬਾਤ ਕਰੀ ਵੀ ਉਹ ਬੰਦੇ ਨੂੰ ਫਿਰ ਲੱਭਿਆ ਨਹੀਂ, ਫੜ ਕੇ ਲਿਆ ਜੀ, ਫੜਦੇ ਲਿਆ ਜੀ, ਇਹਨਾਂ ਦੇ ਘਰ ਦੀ ਫੜ ਕੇ ਲਿਆ ਜੀ। ਅੱਛਾ, ਕਿੱਥੇ ਆ ਹੁਣ? ਘਰੇ ਹੀ ਆ, ਘਰੇ ਆ ਜੀ। ਅਤੇ ਸਵੇਰੇ 9 ਵਜੇ ਮੈਨੂੰ ਫੋਨ ਆਉਂਦਾ ਜੀ ਗਿਆਨੀ ਜਗਜੀਤ ਸਿੰਘ ਜੀ ਦਾ ਪਿੰਡ ਸਿੱਲ ਤੋਂ ਕਿ ਸਾਡੇ ਪਿੰਡ ਗੁਰਦੁਆਰਾ ਸਾਹਿਬ ਵਿਖੇ ਕਿਸੇ ਸ਼ਖਸ ਨੇ ਬੇਅਦਬੀ ਕੀਤੀ ਹੈ। ਸੋ ਅਸੀਂ ਮੌਕੇ 'ਤੇ ਪਹੁੰਚ ਕੇ ਉੱਥੇ ਜਾ ਕੇ ਦੇਖਿਆ, ਕਿਸੇ ਪਿੰਡ ਦੇ ਹੀ ਬੰਦੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਹਨੇ ਜੀ ਗ੍ਰੰਥੀ ਸਿੰਘ ਨੂੰ ਲੱਤਾਂ ਤੋਂ ਫੜ ਕੇ ਤਾਪਿਆਂ ਬੈਠਿਆਂ ਨੂੰ ਬਾਹਰ ਖਿੱਚਿਆ ਅਤੇ ਉਸ ਨਾਲ ਕੁੱਟਮਾਰ ਕੀਤੀ। ਬਾਅਦ ਵਿੱਚ ਉਹਨੇ ਆਪਣੇ ਸਾਰੇ ਕੱਪੜੇ ਉਤਾਰ ਕੇ ਉਹ ਨਗਨ ਹਾਲਤ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿਖੇ ਘੁੰਮਦਾ ਰਿਹਾ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ। ਅਤੇ ਹੁਣ ਉਹਨੂੰ ਪਕੜ ਲਿੱਤਾ ਗਿਆ ਜੀ? ਹਾਂਜੀ, ਪੁਲਿਸ ਵੱਲੋਂ ਉਸ ਬੰਦੇ ਨੂੰ ਅਰੈਸਟ ਕੀਤਾ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਭਰੋਸਾ ਦਵਾਇਆ ਜਾ ਰਿਹਾ ਹੈ ਕਿ ਉਹ ਸਖ਼ਤ ਤੋਂ ਸਖ਼ਤ ਕਾਰਵਾਈ ਉਸ ਸ਼ਖਸ ਦੇ ਵਿਰੁੱਧ ਕਰ ਰਹੇ ਨੇ। ਜਿੱਦਾਂ ਕਿ ਪਹਿਲਾਂ ਵੀ ਦੇਖਿਆ ਜਾਂਦਾ ਵੀ ਨੋਰਮਲੀ ਕਹਿ ਦਿੱਤਾ ਜਾਂਦਾ ਵੀ ਜਿਹੜਾ ਬੰਦਾ ਸੀ ਉਹ ਮੰਦ ਬੁੱਧੀ ਸੀਗਾ, ਕੀ ਇੱਦਾਂ ਦਾ ਲੱਗ ਰਿਹਾ ਸੀ ਹਾਲਾਤ 'ਚ ਕੁਛ? ਜੀ, ਪਿੰਡ ਵਾਲਿਆਂ ਤੋਂ ਸੁਣਨ ਦੇ ਵਿੱਚ ਆਇਆ ਕਿ ਇੱਦਾਂ ਦਾ ਕੁਛ ਵੀ ਨਹੀਂ ਸੀ, ਬੰਦਾ ਬਿਲਕੁਲ ਠੀਕ ਠਾਕ ਹੈ, ਕਿਸੇ ਪੈਟਰੋਲ ਪੰਪ 'ਤੇ ਕੰਮ ਕਾਰ ਕਰਦਾ ਹੈ ਅਤੇ ਇੱਦਾਂ ਦੀ ਕੋਈ ਉੱਥੇ ਗੱਲ ਸੁਣਨ ਨੂੰ ਨਹੀਂ ਮਿਲੀ।